440 ਵਰੇਗੰਢ ਹੈ ਅੰਮ੍ਰਿਤਸਰ ਪਵਿੱਤਰ ਨਗਰੀ ਦੀ ਔਰ ਇਸ ਨਗਰੀ ਦੇ ਵਿੱਚ ਗੁਰੂ ਸਾਹਿਬ ਨੇ ਜਿਹੜੀ 1577 ਹਾੜਵਦੀ 13 ਇਹਦੀ ਨੀਂਹ ਪੱਥਰ ਰੱਖਿਆ ਸੀ ਇਹਦੀ ਸਥਾਪਨਾ ਕੀਤੀ ਸੀਗੀ ਕਿੱਤੇਕਾਰ ਹਰ ਪਾਸਿਓਂ ਇੱਥੇ ਬੁਲਾ ਕੇ ਇਹ ਨਗਰੀ ਨੂੰ ਪ੍ਰਫੁੱਲਤਾ ਦੇਣ ਵਾਸਤੇ ਉਹਨਾਂ ਨੇ ਆਪਣਾ ਪੂਰੀ ਕੋਸ਼ਿਸ਼ ਕੀਤੀ ਔਰ ਅੱਜ ਅਸੀਂ ਦੇਖਦੇ ਹਾਂ ਕਿ ਇਹ ਸ਼ਹਿਰ ਜਿਹੜਾ ਹੈਗਾ 13 ਲੱਖ ਵਾਸੀਆਂ ਦਾ ਸ਼ਹਿਰ ਹੈ ਇਸ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਇਸ ਸ਼ਹਿਰ ਦੀ ਹਰਿਆਵਲਤਾ ਮੇਨਟੇਨ ਕਰਨ ਵਾਸਤੇ ਇਸ ਸ਼ਹਿਰ ਦੀ ਸਾਫ਼ ਸਫਾਈ ਰੱਖਣ ਵਾਸਤੇ ਅਸੀਂ ਇੱਕ ਪ੍ਰੋਗਰਾਮ ਆਰੰਭਿਆ ਸੀਗਾ 5 ਸਾਲ ਪਹਿਲੇ ਜਿਹਨੂੰ ਕਿ ਈਕੋ ਅੰਮ੍ਰਿਤਸਰ ਪ੍ਰੋਗਰਾਮ ਕਿਹਾ ਗਿਆ ਮੈਨੂੰ ਖੁਸ਼ੀ ਹੈ ਕਿ ਸਾਰੇ ਜਥੇਬੰਦੀਆਂ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ SGPC ਨੇ ਭਾਈ ਗੁਰਕਪਾਲ ਸਿੰਘ ਜੀ ਸਾਡੇ ਨਾਲ ਹੈ ਹਮੇਸ਼ਾ ਇਹਨਾਂ ਨੇ ਸਾਥ ਦਿੱਤਾ ਆਪਣਾ ਹਰ ਚੀਫ ਖਾਲਸਾ ਦੀਵਾਨ ਨੇ ਖਾਲਸਾ ਕਾਲਜ ਦੀਆਂ ਅਦਾਰਿਆਂ ਨੇ ਔਰ ਇਸ ਦੇ ਇਲਾਵਾ ਸਮੂਹ ਧਰਮਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਸਾਥ ਦਿੱਤਾ ਅੱਜ ਵੀ ਇੱਥੇ ਬਿਸ਼ਪਸ ਵੱਲੋਂ ਨੁਮਾਇੰਦੇ ਆ ਰਹੇ ਨੇ ਮੁਸਲਿਮ ਭਾਈਚਾਰੇ 'ਚੋਂ ਨੁਮਾਇੰਦੇ ਆ ਰਹੇ ਨੇ ਹਿੰਦੂ ਭਾਈਚਾਰੇ 'ਚੋਂ ਨੁਮਾਇੰਦੇ ਆ ਰਹੇ ਨੇ ਔਰ ਸਭ ਅਸੀਂ ਇਕੱਠੇ ਹੋ ਕੇ ਇੱਥੇ ਗੁਰੂ ਦੇ ਦੁਆਰ ਹਰਿਮੰਦਰ ਸਾਹਿਬ ਦੇ ਬਾਹਰ ਖੜ੍ਹੇ ਹਾਂ ਅਸੀਂ ਅਕਾਲ ਤਖਤ ਗੇਟ 'ਤੇ ਸ਼ਹਿਰ ਦੀ ਗਲੀ ਕੂਚੀਆਂ 'ਚੋਂ ਅਸੀਂ ਲੰਘ ਕੇ ਔਰ ਰਾਮਬਾਗ ਗਾਰਡਨਸ ਜਾਵਾਂਗੇ ਜਿੱਥੇ ਕਿ ਬਾਕੀ ਵੀ NGOs ਸ਼ਹਿਰ ਦੇ ਪਤਵੰਦੇ ਇਕੱਠੇ ਹੋ ਕੇ ਅਗਲੇ 10 ਸਾਲ ਦਾ ਟੀਚਾ ਜਿਹੜਾ ਹੈਗਾ ਸ਼ਹਿਰ ਦਾ ਔਰ ਇਸ ਨੂੰ ਅੱਗੇ ਵਧਾਉਣ ਦਾ ਇਸ ਨੂੰ ਸਾਫ਼ ਰੱਖਣ ਦਾ ਗੁਰੂ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਔਰ ਉਹਨਾਂ ਦੀ ਪੂਰੀ ਆਪਣਾ ਅਸੀਂ ਰੈਵਰੈਂਸ ਰੱਖ ਕੇ ਔਰ ਇਸ ਸ਼ਹਿਰ ਨੂੰ ਅੱਗੇ ਕਿਸ ਤਰ੍ਹਾਂ ਵਧਾਉਣਾ ਹੈਗਾ ਇਸ ਸ਼ਹਿਰ ਦੀ ਕਿਸ ਤਰ੍ਹਾਂ ਅਸੀਂ ਸਾਫ਼ ਸਫਾਈ ਰੱਖਣੀ ਹੈ ਅਸੀਂ ਸਮਝਦੇ ਹਾਂ ਕਿ ਅੰਮ੍ਰਿਤਸਰ ਦੇ ਸ਼ਹਿਰ ਵਾਸੀ ਜਿਹੜੇ ਨੇ ਨਾ ਸਿਰਫ ਇਸ ਸ਼ਹਿਰ ਦੇ ਮਾਣ ਕਰਨ ਪਰ ਆਪਣੀ ਜ਼ਿੰਮੇਵਾਰੀ ਵੀ ਸਮਝਣ ਇਹ ਦੋਵੇਂ ਗੱਲਾਂ ਆਪਣਾ ਇਕੱਠੀਆਂ ਚੱਲਦੀਆਂ ਬਹੁਤ ਜ਼ਰੂਰੀ ਨੇ ਔਰ ਇਸ ਵਾਸਤੇ ਅਸੀਂ ਹਰ ਸਾਲ ਇਹ ਮਨਾਉਂਦੇ ਹਾਂ ਤਾਂ ਕਿ ਅਸੀਂ 1 ਸਾਲ ਦਾ ਟੀਚਾ ਆਪਣਾ ਬੰਨ ਲਈਏ ਔਰ ਦੇਖੀਏ ਕਿ ਕੀ ਕੁਛ ਕਰਨਾ ਹੈ।